ਪੰਜਾਬ ਨਿਊਜ਼ ਸਰਵਿਸ। ਅੱਜ ਅਸੀਂ ਪਹੁੰਚੇ ਹਾਂ ਦਗੁਰਜੀ ਪੁਲਿਸ ਲਾਈਨ ਦੇ ਵਿੱਚ। ਪੰਜਾਬ ਬਸਪਾ ਅੰਬੇਡਕਰ ਦੇ ਪ੍ਰੈਜ਼ੀਡੈਂਟ ਸਰਦਾਰ ਕਮਲਜੀਤ ਸਿੰਘ ਸਰੋਤਾ ਜੀ, ਉਹਨਾਂ ਦੇ ਨਾਲ ਐਸ ਪੀ ਸਾਹਿਬ ਸਰਦਾਰ ਜਸਕਰਨ ਜੀ, ਜਿਨ੍ਹਾਂ ਨੂੰ ਸਨਮਾਨਿਤ ਕਰਨ ਪਹੁੰਚੇ ਹਨ। ਸੋ ਕਮਲਜੀਤ ਸਿੰਘ ਸਰੋਤਾ ਜੀ, ਇਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ। ਅੱਜ ਬਹੁਤ ਹੀ ਸਤਿਕਾਰਯੋਗ ਪੰਜਾਬ ਪੁਲਿਸ ਦੇ ਐਸ ਪੀ ਸਾਹਿਬ ਸਰਦਾਰ ਜਸਕਰਨ ਸਿੰਘ ਜੀ ਦੀਆਂ ਲੋਕਾਂ ਪ੍ਰਤੀ ਬਹੁਤ ਵਧੀਆ ਸੇਵਾਵਾਂ ਨੂੰ ਵੇਖਦੇ ਹੋਏ ਅੱਜ ਅਸੀਂ ਪੂਰੀ ਟੀਮ ਵੱਲੋਂ ਐਸ ਪੀ ਸਾਹਿਬ ਨੂੰ ਸਨਮਾਨਿਤ ਕਰਨ ਆਏ ਹਾਂ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਐਸ ਪੀ ਸਰਦਾਰ ਜਸਕਰਨ ਸਿੰਘ ਜੀ ਦੇ, ਜਿਨ੍ਹਾਂ ਨੇ ਅੱਜ ਸਮਾਜ ਵਿੱਚ ਬੁਰਾਈਆਂ ਨੂੰ, ਨਸ਼ੇ ਦੇ ਬਰਖਿਲਾਫ ਸਾਰੇ ਵਧੀਆ ਅੱਜ ਵਿਚਾਰ ਦੱਸੇ ਵੀ ਸਾਨੂੰ ਐਸੇ ਸ਼ਰਾਰਤੀ ਅਨਸਰਾਂ ਨੂੰ ਦੇ ਬਰਖਿਲਾਫ ਚੱਲਣ ਦੀ ਜ਼ਰੂਰਤ ਆ ਅਤੇ ਸਮਾਜ ਨੂੰ ਸਾਫ਼ ਸੁਥਰਾ ਰੱਖਣ ਦੀ ਜ਼ਰੂਰਤ ਆ। ਮੈਂ ਧੰਨਵਾਦ ਕਰਦਾ ਪੰਜਾਬ ਨਿਊਜ਼ ਚੈਨਲ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਨਾਲ ਇੱਥੇ ਐਸ ਪੀ ਸਾਹਿਬ ਦੇ ਦਫ਼ਤਰ ਵਿੱਚ ਪਹੁੰਚੇ ਨੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਦੇ ਹਾਂ ਸਰ ਐਸ ਪੀ ਸਾਹਿਬ ਜੀ ਦੇ ਵਿਚਾਰ। ਅੱਜ ਬੀ ਐਸ ਪੀ ਅੰਬੇਦਕਰ ਸਾਹਿਬ ਦੇ ਇੰਚਾਰਜ ਹਲਕਾ ਅੰਮ੍ਰਿਤਸਰ ਤੋਂ ਕਮਲਜੀਤ ਸਿੰਘ ਜੀ ਸੋਤਾ ਜਿਹੜੇ ਆਏ ਨੇ ਆਪਣੀ ਟੀਮ ਦੇ ਨਾਲ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਬਹੁਤ ਹੀ ਜਿਹੜੀ ਪਿਆਰੀ ਗੱਲਾਂ ਹੋਈਆਂ ਨੇ ਆਪਸ ਦੇ ਵਿੱਚ, ਅਤੇ ਸਮਾਜਿਕ ਕ੍ਰਿਤੀਆਂ ਅਤੇ ਨਸ਼ਿਆਂ ਦੇ ਖਿਲਾਫ ਇੱਕ ਜਿਹੜਾ ਜੁਆਇੰਟ ਵੈਂਚਰ ਬਣਾਉਣ ਦੀ ਇਹਨਾਂ ਨੇ ਗੱਲ ਆਖੀ ਆ, ਅਤੇ ਉਮੀਦ ਹੈ ਕਿ ਆਪਾਂ ਇਹਦੇ ਉੱਤੇ ਜਿਹੜਾ ਵਧੀਆ ਕੰਮ ਕਰਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ।